सत श्री अकाल, मैं जतिंदर सिंह खहरा लैके हाजिर हाँ किसान अंदोलन अपडेट। इस टाइम मेरे नाल स्टूडियो दे विच मैं राबता कायम किया हो अमोलक सिंह, जो कि पंजाब सभ्याचारक मंच के प्रधान ने। तुहाडा स्वागत है अमोलक सिंह जी। तुहाडा भी बहुत बहुत धन्यवाद जी, अपने बहुत सारे लिसनर दे रूबरू करने, थैंक यू सो मच। अच्छा, जदों आपां गल करदे आ कि किसान अंदोलन जिहड़ा है लगातार गतिशील हो रहा, ਤੁਸੀਂ ਬਹੁਤ ਸਾਹਿਤ ਤੇ ਕੰਮ ਕੀਤਾ ਹੈ, ਬਹੁਤ ਸਾਰਾ ਸੱਭਿਆਚਾਰ ਤੁਸੀਂ ਜਿਹੜਾ ਹੈ ਆਪਣੇ ਅੰਦਰ ਵੀ ਸਮੋਈ ਬੈਠੇ ਹੋ, ਇਸ ਅੰਦੋਲਨ ਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਅਸਲ ਵਿੱਚ ਸਭ ਤੋਂ ਪਹਿਲੀ ਗੱਲ ਹੈ ਕਿ ਇਹ ਕਿਸਾਨ ਅੰਦੋਲਨ ਪਿਛਲੇ ਸਾਰੇ ਅੰਦੋਲਨਾਂ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਆਜ਼ਾਦੀ ਦੇ ਸੰਗਰਾਮ ਨਾਲ ਇਹਦੀ ਪਿੱਠ ਭੂਮੀ ਜਿਹੜੀ ਹੈ ਜਾ ਕੇ ਜੁੜ ਜਾਂਦੀ ਹੈ ਜੀ, ਕਿਉਂਕਿ ਇਹ ਸਿਰਫ ਕਿਸਾਨ ਅੰਦੋਲਨ ਕਿਸੇ ਇੱਕ ਵਿਸ਼ੇਸ਼ ਵਿਅਕਤੀ ਜਾਂ ਵਿਸ਼ੇਸ਼ ਪਾਰਟੀ ਦੇ ਖਿਲਾਫ ਫੋਰ ਫਰੰਟ ਦੇ ਵੇਖਣ ਨੂੰ ਤਾਂ ਲੱਗ ਸਕਦਾ ਜੀ, ਅਸਲ ਦੇ ਵਿੱਚ ਇਸ ਪ੍ਰੋਬਲਮ ਦੀਆਂ ਰੂਟਸ ਜਿਹੜੀਆਂ ਨੇ ਉਸੇ ਇੰਪੀਰੀਅਲਿਸਟ ਪਾਵਰਾਂ ਦੇ ਨਾਲ, ਸਾਮਰਾਜੀ ਤਾਕਤਾਂ ਨਾਲ ਤੇ ਕਾਰਪੋਰੇਟ ਘਰਾਣਿਆਂ ਨਾਲ, ਤੇ ਜਿਹੜੇ ਉਹਨਾਂ ਦੇ ਉਦੋਂ ਵੀ 47 ਤੋਂ ਪਹਿਲਾਂ ਵੀ ਜਿਹੜੇ ਪਿੱਲਰ ਬਣੇ ਸੀ, ਤੇ 47 ਤੋਂ ਬਾਅਦ ਜਿਹੜੇ ਇੱਕ ਤਰ੍ਹਾਂ ਦੇ ਨਾਲ ਜਿਹੜੇ ਰਾਜਪਾਲ ਸਾਰੇ ਦੇ ਉੱਤੇ ਜੱਫਾ ਮਾਰ ਕੇ ਬੈਠ ਗਏ, ਇਹ ਜਦੋਂ ਜਹਿਦ ਕਿਸਾਨ ਅੰਦੋਲਨ ਦੀ ਉਹਨਾਂ ਦੇ ਨਾਲ ਆ, ਇਹ ਐਂਟੀ ਇੰਪੀਰੀਅਲਿਸਟ ਹੈ, ਐਂਟੀ ਫਿਊਡਲ ਹੈ, ਐਂਟੀ ਕਾਰਪੋਰੇਟ ਘਰਾਣੇ ਹੈ। ਇਸ ਕਰਕੇ ਇਸ ਅੰਦੋਲਨ ਦਾ ਸਭ ਤੋਂ ਵਿਲੱਖਣ ਪਹਿਲੂ ਇਹ ਹੈ ਕਿ ਇਹ ਕੁਝ ਵੀ ਕਿਸੇ ਇੱਕ ਵਿਅਕਤੀਆਂ ਦੇ ਖਿਲਾਫ ਨਾਅਰੇਬਾਜ਼ੀ ਦੀ ਬਜਾਏ ਪਹਿਲੀ ਵਾਰੀ ਇਹਨੇ ਏਜੰਡਾ ਇਹ ਫੋਕਸ ਕੀਤਾ ਕਿ ਸਾਡੀ ਇਹ ਸਮਾਜ ਦੀ ਸਿਰਜਣਾ ਕਰਨ ਵਾਲੇ ਕਿਰਤੀ ਕਿਸਾਨ, ਮਿਹਨਤਕਸ਼ ਲੋਕ, ਸਾਹਿਤਕਾਰ, ਲੇਖਕ, ਬੁੱਧੀਜੀਵੀ, ਵਿਦਵਾਨ ਲੋਕ ਜਿਹੜੇ ਨੇ, ਔਰ ਖਾਸ ਕਰਕੇ ਇਸ ਧਰਤੀ ਦੇ ਖੇਤਾਂ ਦੇ ਪੁੱਤ ਕਿਸਾਨ ਤੇ ਮਜ਼ਦੂਰ, ਇਹ ਧਰਤੀ ਦੇ ਸਿਰਜਣਹਾਰੇ ਨੇ, ਪਰ ਇਹਨਾਂ ਦੀ ਸਾਰੀ ਕਿਰਤ ਕਮਾਈ ਤੇ ਇਹਨਾਂ ਦੀਆਂ ਖੁਸ਼ੀਆਂ ਤੇ ਇਹਨਾਂ ਦੇ ਸੁਪਨਿਆਂ ਦੇ ਉੱਤੇ ਜੱਫਾ ਮਾਰ ਕੇ ਦੇਸੀ ਤੇ ਵਿਦੇਸ਼ੀ ਤਾਕਤਾਂ ਬੈਠੀਆਂ ਨੇ, ਤੇ ਭਾਰਤ ਦੀ ਮੋਦੀ ਹਕੂਮਤ ਜਿਹੜੀ ਹੈ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਦੀ ਸੇਵਾ ਦੇ ਵਿੱਚ ਡੰਡੌਤ ਬੰਧਨਾ ਕਰ ਰਹੀ ਹੈ, ਔਰ ਉਹ ਕਾਰਪੋਰੇਟ ਘਰਾਣਿਆਂ ਨੂੰ ਪੂਰੀ ਤਰ੍ਹਾਂ ਦੇ ਨਾਲ, ਪਹਿਲਾਂ ਸਾਡੇ ਅਸੀਂ ਇਸ ਤਰ੍ਹਾਂ ਦੇਖ ਰਹੇ ਹਾਂ ਜੋ ਸਾਹਿਤਕ ਅੱਖ ਨਾਲ ਜਾਂ ਰੰਗਮੰਚ ਦੀ ਅੱਖ ਨਾਲ ਵੇਖਦੇ ਹਾਂ, ਤਾਂ ਆਪਣੇ ਆਪ ਚ ਥੀਏਟਰ ਆ, ਇੱਕ ਖਲਨਾਇਕ ਨੇ, ਇੱਕ ਨਾਇਕ ਨੇ, ਇੱਕ ਸੂਤਰਧਾਰ ਨੇ, ਇੱਕ ਪਰਦੇ ਦੇ ਪਿੱਛੇ ਨੇ। ਅੱਛਾ, ਕਈ ਵਾਰ ਇਹ ਲੱਗ ਰਿਹਾ ਕਿ ਮੋਦੀ ਸਾਹਿਬ ਜਿਹੜਾ ਨੇ ਉਹ ਅਸਲ ਚਿਹਰਾ ਨਹੀਂ ਹੈਗਾ, ਉਹ ਕਿਤੇ ਨਾ ਕਿਤੇ ਉਹਨਾਂ ਦੇ ਪਿੱਛੇ ਕੋਈ ਫੋਰਸ ਜਿਹੜੀ ਆ ਹੋਰ ਕੰਮ ਕਰਦੀ ਹੈ, ਤੁਹਾਨੂੰ ਬੀਂਗ ਆ ਸਾਹਿਤਕਾਰ ਇਹ ਚੀਜ਼ ਲੱਗ ਰਹੀ ਹੈ? ਬਿਲਕੁਲ ਜੀ, ਬਿਲਕੁਲ ਕਲੀਅਰ ਕੱਟ, ਇਹਨਾਂ ਦਾ ਉਹ ਇਹੋ ਜਿਹੇ 20 ਮੋਦੀ ਮਿਲ ਜਾਣਗੇ ਜੀ ਉਹਨਾਂ ਨੂੰ, ਜਿਹੜੇ ਲੋਕਾਂ ਦੇ ਹੱਥ ਚ ਰਾਜ ਭਾਗ ਆ ਸਾਡੇ ਦੇਸ਼ ਦਾ ਜੀ। ਇਸ ਤਰ੍ਹਾਂ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਕੰਮ ਕਰਦੀਆਂ ਨੇ ਜਦੋਂ ਉਹਨਾਂ ਨੂੰ ਜ਼ਰੂਰਤ ਨਾ ਪਵੇ ਇਹਨਾਂ ਨੂੰ ਚੱਕ ਕੇ ਡਰਾਈਵਰਾਂ ਨੂੰ ਪਾਸੇ ਕਰ ਦਿੰਦੇ ਨੇ, ਇੱਕ ਤਰ੍ਹਾਂ ਦੇ ਨਾਲ ਇਹ ਡਰਾਈਵਰ ਨੇ, ਔਰ ਇਹਨਾਂ ਦੇ ਰਿਮੋਟ ਕੰਟਰੋਲ ਇੰਪੀਰੀਅਲਿਸਟ ਪਾਵਰਾਂ ਦੇ ਕੋਲ ਨੇ, ਬੜੀ ਕਲੀਅਰ ਕੱਟ ਆ, ਅਡਾਨੀਆਂ ਤੇ ਅੰਬਾਨੀਆਂ ਕੋਲੇ ਨੇ। ਔਰ ਜਦੋਂ ਵੱਖ ਵੱਖ ਕਿਸਾਨ ਵਫਦ ਤੋਂ ਅੰਬਰ ਸਾਹਿਬ ਨਾਲ ਗੱਲ ਕਰਨ ਗਏ ਨੇ, ਉਹਨਾਂ ਨੇ ਇੱਕ ਦਿਨ ਵਫਦ ਦੇ ਸਾਹਮਣੇ ਇਹ ਗੱਲ ਕਹੀ ਆ ਕਿ ਅੱਜ ਤੁਸੀਂ ਆਉਂਦੇ ਹੋ, ਜੇ ਅਸੀਂ ਕਾਨੂੰਨ ਹੀ ਰੱਦ ਕਰ ਦਿੱਤੇ ਤੇ ਕੱਲ੍ਹ ਨੂੰ ਅਡਾਨੀ ਤੇ ਅੰਬਾਨੀ ਆ ਕੇ ਖੜ ਜਾਣਗੇ, ਇਦੋਂ ਨੰਗੀ ਚਿੱਟੀ ਜਿਹੜੀ ਆ ਅਕਵਾਲਨਾਮਾ ਹੋਰ ਕੀ ਹੋਊਗਾ ਜੀ। ਅੱਛਾ, ਬਾਰ ਬਾਰ ਉਹੀ ਗੱਲਾਂ ਹੋ ਰਹੀਆਂ ਮੁਲਕ ਜੀ, ਕਦੀ ਯੈਸ ਨੋ ਦੇ ਉੱਤੇ ਮੁੱਦੇ ਦੇ ਉੱਤੇ ਆਉਂਦੇ ਹੀ ਨਹੀਂ ਹੈਗੇ, ਉਹ ਬਾਰ ਬਾਰ ਉਹ ਸਮਝਾਉਣ, ਮੋਦੀ ਸਾਹਿਬ ਦਾ ਪੂਰਾ ਜ਼ੋਰ ਲੱਗਾ ਹੋਇਆ ਕਿ ਹਜੇ ਤੱਕ ਸਾਨੂੰ ਸਮਝਾਈ ਜਾ ਰਹੇ ਨੇ ਕਿ ਇਹ ਕਾਨੂੰਨ ਚੰਗੇ ਆ ਜੋ ਗੁਜਰਾਤ ਦੇ ਵਿੱਚ ਨੇ, ਇਹ ਕੀ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਉਹ ਬਾਰ ਬਾਰ ਉਸ ਮੁੱਦੇ 'ਤੇ ਆਉਂਦੇ ਨਹੀਂ ਜਿਸ ਮੁੱਦੇ 'ਤੇ ਅਸੀਂ ਆਉਣਾ ਮੰਗਦੇ ਹਾਂ? ਦੇਖੋ ਜੀ, ਉਹਨਾਂ ਦਾ ਅਸਲ 'ਚ ਗੱਲ ਇਹ ਆ ਵੀ ਉਹਨਾਂ ਦਾ ਉਹ ਸਮਝਦੇ ਆ ਇਹ ਗੱਲ ਵੀ ਮਸਲਾ ਇਕੱਲਾ ਖੇਤੀ ਕਾਨੂੰਨਾਂ ਦਾ ਨਹੀਂ ਹੈ, ਉਹਨਾਂ ਨੂੰ ਇਹ ਪਤਾ ਕਿ ਜਿਹੜੀ ਅਸੀਂ ਇਹ 56 ਇੰਚ ਦੀ ਛਾਤੀ ਨਾਲ ਤੇ ਇਹ ਕਿਹਾ ਹੈ ਕਿ ਅਸੀਂ ਇਹੋ ਜਿਹੇ ਭਲਵਾਨ ਆ ਕਿ ਸਾਡੀ ਅਖਾੜੇ 'ਚ ਕੋਈ ਝੰਡੀ ਨਹੀਂ ਫੜ ਸਕਦਾ ਜੀ, ਜਿਹੜੀ ਪੰਜਾਬ ਨੇ ਝੰਡੀ ਫੜ ਲਈ ਤੇ ਜੇ ਇਹਨੂੰ ਨਾਕੇਬੰਦੀ, ਪਹਿਲਾਂ ਨਾਕੇਬੰਦੀ ਕੀਤੀ ਅਸੀਂ, ਨਾਕੇਬੰਦੀ ਦਿੱਲੀ ਦੀ ਨਹੀਂ ਮੈਂ ਕਹਿ ਰਿਹਾ, ਮੈਂ ਇਹਨਾਂ ਕਾਨੂੰਨਾਂ ਦੀ ਨਾਕੇਬੰਦੀ ਕਹਿ ਰਿਹਾ, ਕਾਨੂੰਨਾਂ ਦੀ ਰੋਕਥਾਮ ਕੀਤੀ, ਬੈਰੀਕੇਡ ਕੀਤਾ, ਅਸਲ ਬੈਰੀਕੇਡ ਤਾਂ ਪੰਜਾਬ ਦੇ ਲੋਕਾਂ ਨੇ ਲਾਏ, ਮੁੜ ਕੇ ਪੂਰਾ ਮੁਲਕ ਉੱਠਿਆ, ਮੁੜ ਕੇ ਦੇਸ਼ ਵਿਦੇਸ਼ ਦੇ ਲੋਕਾਂ ਨੇ ਉਹਨਾਂ ਉਹ ਨਾਕੇਬੰਦੀ 'ਚ ਜ਼ੋਰਦਾਰ ਆਪਣਾ ਹੱਥ ਖੜਾ ਕੀਤਾ, ਤੇ ਅੱਜ ਉਹਨਾਂ ਨੂੰ ਇਹ ਹੈ ਕਿ ਇਹ ਤਾਂ ਉਹਨੂੰ ਸਹਿ ਦੀ ਨਹੀਂ ਹੈ, ਪੈਸੇ ਦੀ ਆ, ਕਿ ਜੇ ਇੱਥੋਂ ਪਿੱਛੇ ਮੁੜ ਗਏ, ਇੱਥੋਂ ਜੇ ਪਿੱਛੇ ਮੁੜ ਗਏ ਤਾਂ ਕੱਲ ਨੂੰ NPR ਦਾ ਮੁੱਦਾ, ਦਲਿਤਾਂ ਤੇ ਇੰਨਾ ਜ਼ਬਰ ਜ਼ੁਲਮ ਕਰ ਰਹੇ ਹਾਂ, ਘੱਟ ਗਿਣਤੀਆਂ ਦੇ ਉੱਤੇ ਜ਼ਬਰ ਜ਼ੁਲਮ ਕਰਦੇ ਹਾਂ, ਕਸ਼ਮੀਰ ਨੂੰ ਕੁੱਟ ਕੇ ਅੰਦਰ ਵਾੜ ਕੇ ਰੱਖਿਆ ਹੋਇਆ ਸੀ, ਕਿ ਜੇ ਪੰਜਾਬ ਦੇ ਲੋਕਾਂ ਨੇ ਕਾਨੂੰਨ ਵਾਪਸ ਕਰਾ ਦਿੱਤੇ ਤੇ ਕੱਲ ਨੂੰ ਤਾਂ ਸਾਡਾ ਜਿਹੜਾ ਫਾਸ਼ੀਵਾਦ ਦਾ ਏਜੰਡਾ ਉਹ ਏਜੰਡਾ ਰੋਲ ਬੈਕ ਹੋ ਜੂਗਾ ਅਸਲ, ਇਹ ਫਿਕਰ ਪਿਆ ਹੋਇਆ ਉਹਨਾਂ। ਅੱਛਾ, ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਪੋਲੀਟੀਕਲ ਪਾਰਟੀਆਂ ਦੇ ਤਾਂ ਮੋਟਿਵ ਜਿਹੜੇ ਆਪਣੇ ਆਪਣੇ ਰੂਲਿੰਗ ਕਲਾਸਾਂ ਦੇ ਤੌਰ ਤੇ ਨੇ, ਅਸੀਂ ਇਸ ਤਰ੍ਹਾਂ ਦੇਖਦੇ ਹਾਂ ਕਿ ਚਾਹੇ ਉਹ ਪੋਲੀਟੀਕਲ ਪਾਰਟੀ ਹੈ, ਚਾਹੇ ਜਨਤਕ ਜਥੇਬੰਦੀ ਹੈ, ਚਾਹੇ ਈਵਨ ਧਾਰਮਿਕ ਸੰਸਥਾਵਾਂ ਨੇ, ਸਮਾਜਿਕ ਸੰਸਥਾਵਾਂ ਨੇ, ਜਿਹੜੀ ਵੀ ਇਸ ਮੌਕੇ ਲੋਕਾਂ ਦੇ ਹੱਕ 'ਚ ਡਟ ਕੇ ਖੜਦੀ ਹੈ, ਇਮਾਨਦਾਰੀ ਨਾਲ ਖੜਦੀ ਆ, ਕਈ ਤਾਂ ਇੱਕ ਖੇਖਣ ਕਰਦੇ ਆ ਨਾ, ਹਾਥੀ ਦੇ ਦੰਦ ਖਾਣ ਦੇ ਹੋਰ, ਵਿਖਾਣ ਦੇ ਹੋਰ, ਹੁਣ ਤਾਂ ਹੁਣ ਹੁਣ ਕਵੀ ਗਰਮ ਆ, ਫੁਲਕੇ ਲਾਉਣ ਨੂੰ ਤਾਂ ਬਹੁਤ ਆ ਜਾਣਗੇ, ਪਰ ਕਿਸਾਨ ਅੰਦੋਲਨ ਨੇ ਬਹੁਤ ਕੁਛ ਛੱਟ ਕੇ ਸਾਫ਼ ਕਰ ਦਿੱਤਾ ਕਿ ਕਿਸਾਨ ਹੁਣ ਕਿਸੇ ਦੀ ਟਰਾਲੀ ਬਣਨ ਨੂੰ ਤਿਆਰ ਨਹੀਂ, ਵੀ ਹੁੱਕ ਪਾ ਕੇ ਜਿਹੜਾ ਮਰਜ਼ੀ ਲੈ ਜਾਵੇ ਜੀ।
अच्छा चलो ये तो गल सी कि आपको लगता कि हूँ किसान जोड़े ने वो किसी की ट्राली बनने तैयार नहीं है। तुम हूँ ठंड उत्थे बहुत वध गई है, इस पूरे अंदोलन में जोड़ा है हूँ सब तो ज़्यादा किहड़ी चीज़ की लोड़ है, किवें दी गर्मजोशी की लोड़ है जी सब तो ज्यादा लोड़ हैगी आ विजन दी, जी? विजन दूर दृष्टि दा, विजन इन देखना कि मैं इस करके इधर भी जोश ते होश दोनों दी समेल ते संतुलन दी बहुत ज्यादा जरूरत है। ਸਾਡਾ ਬਹੁਤ ਭੈੜੇ ਕਿਸਮ ਦੇ ਐਨਮੀ ਨਾਲ ਮੱਥਾ ਲੱਗਿਆ ਹੋਇਆ, ਬਹੁਤ ਚਾਲਾਂ ਖੇਡਦਾ, ਪੱਤੇ ਖੇਡਦਾ, ਵੱਖ ਵੱਖ ਬ੍ਰਾਂਡ ਕਰਕੇ ਕਦੇ ਕਿਸੇ ਨੂੰ ਕੁੱਝ ਕਹਿ ਕੇ ਕਦੇ ਕੁੱਝ ਕਹਿ ਕੇ ਬਦਨਾਮ ਕਰਨ ਤੇ ਤੁਰਿਆ ਹੋਇਆ, ਨਕਲੀ ਕਿਸਾਨਾਂ ਦੇ ਵਫਦਾਂ ਦੇ ਨਾਂ ਤੇ ਵਫਦ ਕਰ ਰਿਹਾ ਤੇ ਆਪਣੇ ਭਾਜਪਾ ਵਾਲੇ ਆਗੂਆਂ ਨੂੰ ਮੁਲਕ 'ਚ ਚੜ੍ਹ ਲਿਆ ਕਿ ਤੁਸੀਂ ਕੰਪੇਨਿੰਗ ਕਰਕੇ ਆਓ, ਯਾਨੀ ਉਹ ਤਿਆਰੀ ਇੱਕ ਤਰ੍ਹਾਂ ਦਾ ਕਨਫਰੰਟੇਸ਼ਨ ਦੀ ਤਿਆਰੀ ਕਰ ਰਿਹਾ। ਜੀ ਅਤੇ ਅਮੋਲਕ ਜੀ ਬਹੁਤ ਸਾਰੀਆਂ ਉੱਥੇ ਮੌਤਾਂ ਹੋ ਰਹੀਆਂ ਨੇ, ਹੁਣ ਸਾਨੂੰ ਲਗਾਤਾਰ ਖਬਰ ਆ ਰਹੀ ਕਿ ਕੁੰਡਲੀ ਬਾਰਡਰ ਦੇ ਉੱਤੇ ਇੱਕ ਹੋਰ ਜਿਹੜੇ ਕਿਸਾਨ ਸੀਗੇ ਉਹਨਾਂ ਦੀ ਮੌਤ ਹੋ ਗਈ ਹੈ, ਅਤੇ ਤੁਸੀਂ ਇਹ ਕਿਵੇਂ ਦੇਖਦੇ ਹੋ ਕਿ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੂੰ ਜਲਦ ਤੋਂ ਜਲਦ ਫੈਸਲਾ ਕਰਨਾ ਚਾਹੀਦਾ ਹੈ ਜਾਂ ਇਹ ਲਮਕਾ ਕੇ ਉਹ ਕਹਿੰਦੀਆਂ ਨੇ ਕਿ ਸ਼ਾਇਦ ਇਹਨਾਂ ਦੇ ਹੌਸਲੇ ਟੁੱਟ ਜਾਣ? ਦੇਖੋ ਜੀ ਉਹਨਾਂ ਦਾ ਇਹ ਆ ਵੀ ਇਹਨੂੰ ਥਕਾਓ, ਹੰਭਾਓ, ਠੰਡ ਆਊਗੀ, ਉਹਨਾਂ ਨੇ ਕਈ ਟੈਸਟ ਲਏ, ਪਹਿਲਾਂ ਉਹਨਾਂ ਨੂੰ ਇਹ ਸੀ ਕਣਕ ਦੀ ਬਿਜਾਈ ਆਊਗੀ, ਪਿੱਛੇ ਚਲੇ ਜਾਣਗੇ, ਦੂਜਾ ਇਹ ਸੀਗਾ ਕਿ ਜਲਦੀ ਜਲਦੀ ਕੋਈ ਗਲਤੀ ਕਰ ਲੈਣਗੇ, ਅਸੀਂ ਫੁੱਲ ਵੀ ਨੀ ਕੋਈ ਟੁੱਟਣ ਦਿੱਤਾ, ਪੁਰਅਮਨ ਆ, ਸ਼ਾਂਤੀਪੁਰ ਪੂਰਾ ਬੜਾ ਜਾਪਦਾ ਵੱਧਦਾ, ਬਹੁਤ ਡਿਸਿਪਲਨ ਦਾ ਇੱਕ ਨਜ਼ਾਰਾ ਕੀਤਾ ਜਾਂਦਾ ਕਿ ਇਸ ਮੁੜ ਉਹਨਾਂ ਨੂੰ ਇਹ ਵੀ ਥੱਕ ਜਾਣਗੇ। ਇਹ ਪੈ ਰਿਹਾ ਉਲਟਾ, ਉਹਨਾਂ ਨੂੰ ਇਹ ਸੀ ਕਿ ਤਾਕਤ ਨੂੰ ਖੋਰਾ ਲੱਗ ਜਾਊਗਾ, ਇਹ ਮਾਈਨਸ ਹੋ ਜਾਊਗੀ, ਹੌਲੀ ਹੌਲੀ ਘਟਦੀ ਜਾਊਗੀ, ਪਰ ਮਲਟੀਪਲਾਈ ਹੋ ਰਹੀ ਆ, ਲੋਕਾਂ ਦੀ ਤਾਕਤ ਵੱਧ ਰਹੀ ਆ ਤੇ ਹਾਕਮਾਂ ਦੇ ਪੈਰ ਉਖੜ ਰਹੇ ਨੇ। ਕੱਲ ਬਹੁਤ ਵੱਡੇ ਮੁਜ਼ਾਹਰੇ ਪੰਜਾਬ ਦੇ ਪੰਜਾਬ ਦੇ ਪਿੱਛੇ ਮੁਜ਼ਾਹਰੇ ਹੋਏ ਨੇ ਤੇ ਉੱਥੇ ਨੂੰ ਟਰਾਲੀਆਂ ਜਾ ਰਹੀਆਂ ਤੇ ਕੱਲ ਦਾ ਤੁਹਾਡੇ ਮਾਧਿਅਮ ਰਾਹੀਂ ਮੈਂ ਦੱਸਣਾ ਚਾਹੂੰਗਾ, ਕੱਲ ਨੂੰ ਦ੍ਰਿਸ਼ ਦਿੱਲੀ ਦਾ ਦੇਖਣ ਵਾਲਾ ਹੋਊਗਾ। ਹੁਣ ਤੱਕ ਪੰਜਾਬ ਦੀ ਧਰਤੀ ਤੇ ਖੇਤੀ ਦੇ ਸੰਕਟ ਕਰਕੇ ਜਿੰਨੇ ਲੋਕਾਂ ਨੇ ਖੁਦਕੁਸ਼ੀਆਂ ਕੀਤੀਆਂ, ਉਹਨਾਂ ਦੀਆਂ ਮਾਵਾਂ, ਉਹਨਾਂ ਦੀਆਂ ਜੀਵਨ ਸਾਥਣਾ ਆਪਣੇ ਪਿਆਰਿਆਂ ਦੀਆਂ ਤਸਵੀਰਾਂ ਲੈ ਕੇ ਚੱਲ ਪਈਆਂ ਨੇ ਅੱਜ ਇਸ ਮੌਕੇ ਜੱਥਿਆਂ ਦੇ ਜੱਥੇ ਲੈ ਕੇ ਪੰਜਾਬ ਤੋਂ, ਕੱਲ ਨੂੰ ਉੱਥੇ ਇੱਕ ਰੈਲੀ 'ਚ ਸ਼ਾਮਲ ਹੋਣਗੀਆਂ ਤਸਵੀਰਾਂ ਲੈ ਕੇ ਕਿ ਅਸੀਂ ਆਹ ਲੈ ਕੇ ਆਏ ਹਾਂ, ਤੁਸੀਂ ਬੈਣ ਪਾਉਣ ਵਾਲਾ ਪੰਜਾਬ ਬਣਾ ਤਾ ਜਿਹੜਾ ਗੁਰੂ ਨਾਨਕ ਬਾਬਾ ਨਾਨਕ ਜੀ ਦਾ ਪੰਜਾਬ ਸੀ, ਤੇ ਮਲਕ ਭਾਗੋਂ ਨੂੰ ਸਵਾਲ ਕਰਨ ਜਾਣਗੀਆਂ ਕਿ ਭਾਈ ਲਾਲੋ ਜਾਗ ਪਏ ਨੇ। ਜੀ ਠੀਕ ਹੈ ਮੋਲਕ ਜੀ, ਇਹ ਤਾਂ ਸਾਰੀਆਂ ਗੱਲਾਂ ਹੈ, ਔਰ ਕੱਲ੍ਹ ਦਾ ਜਿਹੜਾ ਵਾਕਿਆ ਤੁਸੀਂ ਕਹਿ ਰਹੇ ਹੋ ਕਿ ਉਹ ਪੰਜਾਬ ਜਿਹੜਾ ਇਹਨਾਂ ਸਰਕਾਰਾਂ ਦੇ ਹੱਥੇ ਚੜ੍ਹ ਕੇ ਇੱਥੋਂ ਤੱਕ ਆ ਗਿਆ ਕਿ ਜਿਹੜਾ ਖਸਦਾ ਖੇਲਦਾ ਪੰਜਾਬ ਸੀ ਉਹ ਖੁਦਕੁਸ਼ੀਆਂ ਦੇ ਉੱਤੇ ਜਾ ਡਿੱਬੜਿਆ, ਜਾਂਦੇ ਹੋਏ ਸਾਡੇ ਜਿਹੜੇ ਦੇਖਣ ਵਾਲੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਅਸੀਂ ਉਹਨਾਂ ਨੂੰ ਸਭ ਤੋਂ ਵੱਡੇ ਸੰਦੇਸ਼ ਇਹੀ ਸੰਦੇਸ਼ ਤਾਂ ਕੀ ਜੀ ਅਪੀਲ ਹੀ ਕਰਨੀ ਚਾਹਾਂਗੇ ਕਿ ਸਾਨੂੰ ਇਸ ਮੌਕੇ ਜ਼ਰੂਰਤ ਜਿਹੜੀ ਹੈ ਨਾ ਕਿਸੇ ਆਰਥਿਕ ਮਦਦ ਜਾਂ ਦੂਜੀ ਮਦਦ ਨਾਲੋਂ ਵੀ ਸਭ ਤੋਂ ਵੱਡੀ ਜ਼ਰੂਰਤ ਇਹ ਆ ਕਿ ਇੱਕ ਸੁਰ ਹੋ ਕੇ ਇਸ ਗੱਲ ਦੇ ਉੱਤੇ ਪੂਰੀ ਮੁਲਕ ਦੇ ਲੋਕ ਇੱਕ ਸੁਰ ਹੋ ਕੇ ਆਵਾਜ਼ ਬਣਾਉਣ ਕਿ ਤੁਰੰਤ ਜਿੰਨੀ ਛੇਤੀ ਹੋ ਸਕੇ ਮੋਦੀ ਸਰਕਾਰ ਦੇ ਉੱਤੇ ਦਬਾਅ ਪਾਉਣ ਕਿ ਖੇਤੀ ਨੂੰ ਰੱਦ ਕਰੇ ਜਾਣ ਤੇ ਇਹ ਭੁਲੇਖਾ ਚੁਕਾਇਆ ਜਾਵੇ ਹਕੂਮਤ ਦਾ ਕਿ ਇਹਤੋਂ ਥੱਲੇ ਘੱਟ ਕਿਸੇ ਨੇ ਵੀ ਰਿਫੋਰਮ ਨਾਲ ਗੱਲ ਪ੍ਰਵਾਨ ਨਹੀਂ ਹੋਣੀ। ਬਿਲਕੁਲ, ਬਹੁਤ ਬਹੁਤ ਧੰਨਵਾਦ ਤੁਹਾਡਾ ਮੋਲਕ ਸਿੰਘ ਜੀ, ਤੁਸੀਂ ਸਾਡੇ ਲਈ ਟਾਈਮ ਕੱਢਿਆ ਔਰ ਸਾਡੇ ਇਸ ਸ਼ੋਅ ਦੇ ਵਿੱਚ ਸ਼ਾਮਿਲ ਹੋਏ, ਬਹੁਤ ਬਹੁਤ ਧੰਨਵਾਦ।